आम आदमी पार्टी की सरकार जदों तो पंजाब की सत्ता में आई है उदों तो ही पंजाब विच बदलाव लियाउण लई वख-वख फैसले लै रही है। इन्हां विचों कई फैसले लोगों के हक विच हन अते काफ़ी लोग इन्हां फैसले के खिलाफ भी नज़र आते हैं। इस वेले पंजाब सरकार वालों एक होर फैसला लिता गया है कि पंजाब के लोगों नूं दिते जाण वाले राशन से 11% कटौती कर दिती जाएगी। इस फैसले दे नाल लोकां नूं भारी परेशानी का सामना करना पै रहा है, जिस संबंधी अज मुकेरियां दे डिपो ऑपरेटर ने SDM मुकेरियां नूं अपना मंग पत्र भी दिता। लोकां दा कहना है कि यह नीति है कि जिहड़ा पहला आवेगा उस नूं पहला राशन दिता जाएगा, पर इस दे उल्ट जदों 100 विचों 11 लोकां नूं राशन नहीं मिलता तो अंत विच 11 लोड़वंदां नूं ही छड्ड दिता जांदा है। इस मौके उत्ते डिपो ऑपरेटर ने सरकार तो इस समस्या का जल्द तो जल्द हल करन दी मंग करते हुए इस मामले उत्ते होर केड़े पहलू सामने रखे हैं, आओ सुनते हाँ। सरकार ने जिहड़ी हुण फ्री वाली कणक प्रधानमंत्री योजना वाली ये भेजी है 6 महीने की, तो ये 11% कट लगाता, तो हुण सरकार कहती है कि जिहड़े बंदे पहला आन पहला लै जाण, तो जिहड़े जिस बंदे दे 100 कार्ड विचों 11 बंदे रह जाणगे वो तो डिपो हुण नाल लड़नगे। इस करके साडी बेनती है सरकार नूं कि सानूं इहदा हल कढ दिता जाए, जां तां सानूं परमिशन दिती जाए कि अपने तौर ते सारिआं नूं 11% दे हिसाब नाल उहदी पर्ची घट करके उहनूं 19 दिती जाए, सारिआं नूं मिल जाए, कोई लड़ाई ना रहे। ਤੇ ਜਾਂ ਫਿਰ ਹੁਣ ਪ੍ਰਸ਼ਾਸਨ ਨੂੰ ਅਸੀਂ ਤੇ ਮੰਗ ਪੱਤਰ ਦੇਤਾ, ਅੱਗੇ ਪ੍ਰਸ਼ਾਸਨ ਜੋ ਕਹੇਗਾ ਅਸੀਂ ਉਸ ਤਰ੍ਹਾਂ ਕਰਾਂਗੇ। ਪਹਿਲੀ ਵਾਰ ਹੋਇਆ ਜਦੋਂ ਦੀ ਆਮ ਆਦਮੀ? ਹਾਂ, ਪਹਿਲੀ ਵਾਰੀ ਹੋਇਆ ਜੀ, ਕੱਟ ਪਹਿਲੀ ਵਾਰੀ ਹੋਇਆ, ਕਣਕ ਤੇ ਪਹਿਲਾਂ ਵੀ ਆਂਦੀ ਪਰ ਕੱਟ ਪਹਿਲੀ ਵਾਰੀ ਲੱਗਾ। ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਾਡੇ ਜਿਹੜਾ ਇਹ ਕੱਟ ਲਾਇਆ ਇਹ ਨਾ ਲਾਇਆ ਜਾਵੇ, ਜੇ ਲਾਣਾ ਹੈਗਾ ਤਾਂ ਸਭ ਨੂੰ ਇੱਕੋ ਜਿਹੀ ਕਣਕ ਦਵਾ ਦੇਣ, ਜਾਂ ਤਾਂ ਕਿ ਇਹ ਰਹਿ ਨਾ ਜਾਏ, ਕੋਈ ਵੀ ਬੰਦਾ ਰਹਿ ਨਾ ਜਾਏ ਕਣਕ ਤੋਂ ਬਿਨਾਂ, ਤੇ ਨਹੀਂ ਤਾਂ ਫਿਰ ਲੋਕੀ ਤਾਂ ਸਾਨੂੰ ਆ ਕੇ ਕਹਿਣਗੇ, ਬੋਲਣਗੇ ਵੀ, ਲੜਨਗੇ ਵੀ ਸਾਡੇ ਨਾਲ, ਤਾਂ ਸਰਕਾਰ ਨੂੰ ਤਾਂ ਕੋਈ ਉਹਨਾਂ ਨੇ ਕੁਛ ਨਹੀਂ ਕਹਿਣਾ, ਕਹਿਣਾ ਤਾਂ ਡਿਪੂ ਹੋਲਡਰ ਨੂੰ ਹੀ ਹੈ, ਤੇ ਡਿਪੂ ਹੋਲਡਰ ਕੀ ਕਰੇਗਾ, ਜੋ ਸਾਨੂੰ ਸਰਕਾਰ ਦੇਗੀ ਦਿਆਂਗੇ ਤਾਂ ਅਸੀਂ ਉਹ ਹੀ ਕੁਛ ਨਾ, ਠੀਕ ਹੈ ਨਾ। ਤਾਂ ਸਰਕਾਰ ਕੋਲ ਸਾਡੀਆਂ ਹੋਰ ਵੀ ਕਈ ਸਮੱਸਿਆ ਸੀ ਸਰਕਾਰ ਨੂੰ ਦੱਸੀਆਂ ਹੈਗੀਆਂ, ਤਾਂ ਸਾਡੀਆਂ ਜਿਹੜੀਆਂ ਸੁਣੀਆਂ ਵੀ ਜਾਣ, ਤਾਂ ਡਿਪੂ ਹੋਲਡਰ ਕੀ ਕਰਕੇ ਦੱਸੇ ਉਹਨਾਂ ਨੂੰ ਜਿਹੜਾ ਕਿ ਉਹ ਸਾਡੀ ਸੁਣਨ, ਠੀਕ ਹੈ ਨਾ। ਨਾ ਤਾਂ ਸਾਨੂੰ ਅੱਜ ਤੱਕ ਕਮਿਸ਼ਨ ਪਈ ਸਰਕਾਰ ਦੀ ਜਿਹੜੀ ਫ੍ਰੀ ਕਣਕ ਅਸੀਂ ਵੰਡ ਰਹੇ ਹਾਂ, ਠੀਕ ਹੈ। ਤੇ ਕਮਿਸ਼ਨ ਜਿਲ੍ਹੇ ਅਸੀਂ ਕਹਿੰਦੇ ਹਾਂ ਕੋਈ ਨਹੀਂ ਪੈ ਜਾਊਗੀ, ਇਹ ਨਹੀਂ ਪਤਾ ਉੱਪਰੋਂ ਨਹੀਂ ਆਉਂਦੀ ਜਾਂ ਕਿ ਥੱਲਿਓਂ ਸਾਨੂੰ ਕਮਿਸ਼ਨ ਨਹੀਂ ਵੰਡੀ ਜਾਂਦੀ, ਕੀ ਚੱਕਰ ਹੈ। ਤਾਂ ਸਾਨੂੰ ਕੁਛ ਵੀ ਉਹ ਵੈਸੇ ਵੀ ਨਹੀਂ ਦਿੰਦੇ ਇਹ, ਨਾ ਸਾਡੀ ਕੋਈ ਤਨਖਾਹ ਲੱਗਦੀ ਹੈ ਅਤੇ ਨਾ ਸਾਨੂੰ ਕੁਛ, ਜਿਹੜੀ ਕਣਕ ਅਸੀਂ ਮੁੱਲ ਦੀ ਦਿੰਦੇ 2 ਰੁਪਏ ਕਿਲੋ ਵਾਲੀ, 2 ਰੁਪਏ ਕਿਲੋ ਵੀ ਅਸੀਂ ਕਣਕ ਸਰਕਾਰ ਦੀ ਦਿੰਦੇ ਹਾਂ, ਲੇਕਿਨ ਉਹਦੇ ਵਿੱਚ ਸਾਨੂੰ ਕਦੀ ਉਹਨਾਂ ਨੇ ਕੁਛ ਨਹੀਂ ਦਿੱਤਾ, ਠੀਕ ਹੈ। ਤਾਂ ਸਾਨੂੰ ਸਰਕਾਰ ਦੀ ਦਿੱਤੀ ਹੋਈ ਕਣਕ ਲੋਕ ਕੋਈ ਛੱਡਦੇ ਆ, ਸਭ ਲੈ ਕੇ ਜਾਂਦੇ ਆ ਆਪਣੇ ਆਪਣੇ, ਤਾਂ ਸਾਨੂੰ ਕੁਛ ਬਚੇਗਾ ਨਹੀਂ, ਤਾਂ ਸਾਡੇ ਵੀ ਬੱਚੇ ਹੈਗੇ ਆ ਰੋਟੀ ਖਾਣ ਵਾਲੇ ਆ, ਕਈ ਨਵੇਂ ਹੀ ਬੱਚੇ ਹੈਗੇ ਜਿਹੜੇ ਇਹੀ ਕੰਮ ਕਰਦੇ, ਉਹ ਕਿੱਥੇ ਜਾਣ ਆਪਣਾ ਪਰਿਵਾਰ ਲੈ ਕੇ, ਠੀਕ ਹੈ ਨਾ। ਉਹਨਾਂ ਵਾਸਤੇ ਜ਼ਰੂਰ ਇਹ ਸਰਕਾਰ ਸੋਚੇ, ਨਹੀਂ ਤਾਂ ਤਨਖਾਹ ਹੀ ਥੋੜ੍ਹਾ ਮਨ ਪੱਤਾ ਇਹਨਾਂ ਨੂੰ ਲਾ ਦਿੱਤਾ ਜਾਏ ਜਿਹਦੇ ਨਾਲ ਇਹਨਾਂ ਦੀ ਰੋਟੀ ਦਾ ਗੁਜ਼ਾਰਾ ਚੱਲ ਪਵੇ, ਠੀਕ ਹੈ ਨਾ। ਤਾਂ ਕੁਛ ਨਾ ਕੁਛ ਤਾਂ ਚਾਹੀਦਾ ਹੀ ਹੈ ਨਾ। ਅੱਜ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ, ਇਸ ਦੇ ਫੈਸਲੇ ਇੰਨੇ ਬਚਕਾਨੇ ਹੈ ਵੀ 11% ਜਿਹੜਾ ਇਹਨਾਂ ਨੇ ਕੱਟ ਲਾਇਆ, ਉਸ ਦੇ ਨਾਲ ਇੰਨੀ ਪਰੇਸ਼ਾਨੀ ਲੋਕਾਂ ਨੂੰ ਹੋ ਰਹੀ ਹੈ। ਜਿਹੜੇ ਲੋਕ ਹੈ ਜਿਹੜੇ ਦਾਣੇ ਲੈਣ ਵਾਲੇ ਆ, ਉਹ ਡਿਪੂ ਵਾਲੇ ਭਰਾਵਾਂ ਨੂੰ ਤੰਗ ਕਰਦੇ ਪਏ, ਡਿਪੂ ਵਾਲੇ ਵਿਚਾਰੇ ਕੀ ਕਰਨ, ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ। ਇਹ ਸਰਕਾਰ ਨੇ ਇਹ ਡਿਕਲੇਅਰ ਕੀਤਾ ਸੀ ਕਿ ਅਸੀਂ ਹੁਣ ਲੋਕਾਂ ਦੀ ਸਰਕਾਰ ਬਣ ਗਈ, ਲੋਕਾਂ ਦੇ ਦਰਵਾਜ਼ੇ 'ਚ ਰਾਸ਼ਨ ਪਹੁੰਚਾਉਣਾ, ਘਰ ਘਰ ਰਾਸ਼ਨ ਪਹੁੰਚਾਉਣਾ। ਅੱਜ ਤੱਕ ਜਿੰਨੇ ਵੀ ਇਸ ਆਪ ਸਰਕਾਰ ਨੇ ਵਾਅਦੇ ਕੀਤੇ ਆ, ਇੱਕ ਵੀ ਪੂਰਾ ਨਹੀਂ ਕੀਤਾ। ਔਰ ਪੰਜਾਬ ਦੇ ਅੰਦਰ ਅਰਾਜਕਤਾ ਦਾ ਮਾਹੌਲ ਹੈ, ਪ੍ਰਸ਼ਾਸਨ ਸਾਰਾ ਨਿਰੰਕੁਸ਼ ਹੋਇਆ ਪਿਆ, ਕਿਸੇ ਦਾ ਕੋਈ ਅੰਕੁਸ਼ ਪ੍ਰਸ਼ਾਸਨ 'ਤੇ ਨਹੀਂ ਹੈ, ਸ਼ਾਸਨ 'ਤੇ ਨਹੀਂ ਹੈ। ਦੁਨੀਆ ਤਰਾਹੀ ਤਰਾਹੀ ਕਰਦੀ ਪਈ ਹੈ, ਲੋਕ ਤ੍ਰਸਤ ਨੇ। ਅੱਜ ਡਿਪੂ ਵਾਲੇ ਭਰਾ ਸਾਰੇ ਵਿਚਾਰੇ ਇਕੱਠੇ ਹੋ ਕੇ ਆਪਣਾ ਦੁੱਖ ਦਰਦ ਲੈ ਕੇ ਆਏ ਆ, ਜੋ ਕਿ ਇਹਨਾਂ ਦੇ ਨਾਲ ਬਹੁਤ ਵਧੀਕੀ ਹੈ। 11% ਜਿਹੜਾ ਕੱਟ ਲਾਈ ਹੈ, ਉਹ ਵਿਚਾਰੇ ਕਿੱਥੋਂ ਪੂਰਾ ਕਰਨਗੇ? ਇਸ ਕਰਕੇ ਸਰਕਾਰ ਫੌਰੀ ਤੌਰ 'ਤੇ ਇਹਨਾਂ ਦੀ ਸੁਣਵਾਈ ਕਰੇ ਔਰ ਇਸ ਮਸਲੇ ਦਾ ਹੱਲ ਕਰੇ। ਇਸ ਮੌਕੇ ਉੱਤੇ ਤਹਿਸੀਲਦਾਰ ਸਲਵਾਨ ਸਿੰਘ ਨੇ ਡਿਪੂ ਆਪਰੇਟਰਾਂ ਤੋਂ ਮੰਗ ਪੱਤਰ ਲੈ ਲਿਆ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਕੀ ਬਿਆਨ ਸਾਹਮਣੇ ਆਇਆ ਹੈ, ਆਓ ਸੁਣਦੇ ਹਾਂ। ਮੇਰੇ ਵੀ ਇਹ ਧਿਆਨ 'ਚ ਹੁਣੇ ਆਇਆ ਜੀ, ਇਹ ਡਿਪੂ ਹੋਲਡਰ ਜਿਹੜੇ ਸੀਗੇ, ਤਕਰੀਬਨ 40 ਦੇ ਕਰੀਬ ਡਿਪੂ ਹੋਲਡਰ ਸੀ ਜਿਹੜੇ ਮੇਰੇ ਕੋਲ ਆਏ, ਇਹਨਾਂ ਨੇ ਇੱਕ SDM ਸਾਹਿਬ ਨੂੰ ਮੰਗ ਪੱਤਰ ਜਿਹੜਾ ਵਾ ਉਹਨਾਂ ਦੇ ਨਾਂ 'ਤੇ ਦਿੱਤਾ। ਉਹ ਮੰਗ ਪੱਤਰ 'ਚ ਇਹਨਾਂ ਲਿਖਿਆ ਕਿ ਇਹਨਾਂ ਨੂੰ ਕੋਈ 11% ਜਿਹੜੀ ਉਹ ਕੱਟ ਲਾਇਆ ਗਿਆ, ਇਹ ਅਸੀਂ ਜਿਹੜਾ ਵਾ ਕਿਉਂਕਿ ਇਹਦਾ ਫੈਸਲਾ ਜਿਹੜਾ ਵਾ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈਗਾ, ਅਸੀਂ ਇਹ ਮੰਗ ਪੱਤਰ ਮਾਨਯੋਗ DC ਸਾਹਿਬ ਨੂੰ ਅੱਜ ਹੀ ਭੇਜ ਦਿੰਦੇ ਹਾਂ ਕਿ ਇਹਨਾਂ ਦੀ ਇਹ ਮੰਗ ਹੈਗੀ ਆ, ਇਹਦਾ ਵੀ ਜੋ ਵੀ ਸਰਕਾਰ ਨੇ ਫੈਸਲਾ ਲੈਣਾ ਵਾ ਉਹ ਫੈਸਲਾ ਲੈ ਕੇ ਅਤੇ ਇਹਨਾਂ ਦੇ ਉੱਤੇ ਜਿਹੜਾ ਵਾ ਉਹ ਇਹਨਾਂ ਨੂੰ ਰਿਲੀਫ ਦਿੱਤਾ ਜਾ ਸਕਦਾ। ਪਰੰਤੂ ਇਹ ਫੈਸਲਾ ਜਿਹੜਾ ਵਾ ਉਹ ਪੰਜਾਬ ਸਰਕਾਰ ਦੇ ਤਾਂ ਅਧਿਕਾਰ ਅੰਦਰ ਹੈ, ਇੱਥੇ ਲੋਕਲ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਕੋਈ ਫੈਸਲਾ ਨਹੀਂ ਕਰ ਸਕਦੀ। ਧੰਨਵਾਦ ਜੀ।
ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ ਨਾਲ ਸਕਾਈ ਨਿਊਜ਼ ਪੰਜਾਬ। ਕਾਲੇ ਇਲਮ ਤੇ ਰੂਹਾਨੀ ਇਲਮਾਂ ਦੇ ਮਾਹਿਰ ਬਾਬਾ ਆਲਮ ਸ਼ਾਹ ਜੀ, 5 ਮਿੰਟਾਂ ਦੇ ਵਿੱਚ ਕਾਲੇ ਇਲਮ ਦਾ ਸਮਾਧਾਨ ਗਰੰਟਿਡ ਕਰਵਾਓ, ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਨੇ ਆ। ਨੰਬਰ ਨੋਟ ਕਰੋ 9915017717। समस्या जिवें लव मैरिज, मन चाया प्यार, वशीकरण करना या तुड़वाना, कारोबार दा ना चलना, ग्रह कलेश, व्याह दे लई मां बाप दी मंजूरी, पति पत्नी दे विच अनबन, विदेश दे विच पक्का होना, कोर्ट कचहरी, सौतन दुश्मन तो छुटकारा, सवाल पूछण दी कोई फीस नहीं, किसे दुखी भैण भरा दा पति प्रेमी बेटा किसे दे वश विच है तां तुरंत संपर्क करो, घर बैठे फोन ते हर समस्या दा हल करवाओ। पता लुधियाना। नंबर नोट करो 9915017717। हर खबर दी ताज़ा अपडेट जानन दे लई साडे यूट्यूब चैनल नू सबस्क्राइब करो अते फेसबुक पेज नू लाइक अते शेयर करो।